ਸਾਰੀ ਸੰਗਤ ਜਿੰਨੇ ਵੀ ਜੈਦਾਰ ਗੁਰਦਾਸ ਸਿੰਘ ਟੌੜਾ ਜੀ ਦੇ ਪੰਥ ਰਤਨ, ਉਹਨਾਂ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਅੱਜ ਇੱਥੇ ਪਹੁੰਚੇ ਹੋ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਫਿਰ ਮੈਂ ਉਹਨਾਂ ਔਰਗੇਨਾਈਜ਼ਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਵਿੱਚ ਸਰਦਾਰ ਹਰਮੇਲ ਸਿੰਘ ਜੀ ਟੌੜਾ ਅਤੇ ਉਹਨਾਂ ਦਾ ਪਰਿਵਾਰ, ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਉਹਨਾਂ ਦੇ ਸਾਥੀ, ਔਰ ਸਰਦਾਰ ਪ੍ਰੇਮ ਸਿੰਘ ਜੀ ਚੰਦੂਬਾਜਰਾ ਅਤੇ ਇਹਨਾਂ ਦਾ ਸਪੁੱਤਰ ਅਤੇ ਇਹਨਾਂ ਦੇ ਸਾਥੀ, ਔਰ ਹੋਰ ਵੀ ਜਿੰਨੇ ਵੀ ਆਏ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਲੋਕਾਂ ਨੂੰ ਪਹੁੰਚਾ ਕੇ ਇੱਥੇ ਆ ਕੇ ਲੋਕਾਂ ਨੂੰ ਬਾਰੇ, ਠੀਕ ਹੈ ਟਾਈਮ ਬਹੁਤ ਹੋ ਗਿਆ, ਗਰਮੀ ਬਹੁਤ ਜ਼ਿਆਦਾ ਸੀ, ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲੈਣਾ। ਮੈਂ ਇੱਥੋਂ ਪਹਿਲਾਂ ਸਰਦਾਰ ਬਡਾਲਾ ਸਾਹਿਬ ਤੁਹਾਡੇ ਸਾਹਮਣੇ ਵਿਚਾਰ ਕਰਕੇ ਗਏ ਨੇ, ਬੀਬੀ ਜਗੀਰ ਕੌਰ ਕਰਕੇ ਗਏ ਨੇ, ਔਰ ਸਾਡੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਸਾਥੀ ਕਰਕੇ ਗਏ ਨੇ। ਮੈਂ ਉਹਨਾਂ ਗੱਲਾਂ ਵਿੱਚ ਨਹੀਂ ਪੈਣਾ, ਮੈਂ ਸਾਰੇ ਸਿਰ ਮੇਰਾ ਡਿਊਟੀ ਬਣੀ ਹੈ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਾਂ ਉਹਨਾਂ ਸੱਜਣਾਂ ਨੂੰ ਜੋ ਅੱਜ ਸਟੇਜ 'ਤੇ ਬੈਠੇ ਨੇ। ਮੈਨੂੰ ਬਹੁਤਿਆਂ ਦਾ ਨਾਮ ਨਹੀਂ ਪਤਾ ਕਿਉਂਕਿ ਮੈਂ ਲੇਟ ਆਇਆ, ਮੇਰੀ ਸਿਹਤ ਵੀ ਖਰਾਬ ਹੈ, ਅਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਬਡਾਲਾ ਸਾਹਿਬ ਦਾ। ਸਰਦਾਰ ਬਡਾਲਾ ਸਾਹਿਬ ਨੇ ਜਿਹੜੇ ਇਹ ਨੌਜਵਾਨ ਨੇ, ਇਹਨਾਂ ਦੀ ਚਿੱਟੀ ਦਾੜੀ ਨੂੰ ਨਾ ਦੇਖ ਲਿਓ, ਇਹਨਾਂ ਦੇ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਬਡਾਲਾ ਮੇਰੇ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ, ਔਰ ਇਹਨਾਂ ਨੇ ਸਾਰਿਆਂ ਨੇ ਅਸੀਂ ਚੁਣ ਕੇ ਸਾਰੇ ਸਾਥੀਆਂ ਨੇ ਬੈਠ ਕੇ ਇਹਨਾਂ ਨੂੰ ਆਪਣਾ ਲੀਡਰ ਚੁਣਿਆ, ਇਹਨਾਂ ਨੂੰ ਕਨਵੀਨਰ ਚੁਣਿਆ, ਤਾਂ ਕਿ ਇਹ ਨੌਜਵਾਨ ਔਰ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਇਹ ਅੱਗੇ ਤੋਰ ਸਕਣਗੇ। ਮੈਂ ਧੰਨਵਾਦ ਕਰਦਾ ਸਰਦਾਰ ਬਰਾੜ ਸਾਹਿਬ, ਉਹ ਆਏ ਨੇ, ਅਤੇ ਰੱਖੜਾ ਸਾਹਿਬ, ਖਾਸ ਕਰਕੇ ਰੱਖੜਾ ਸਾਹਿਬ, ਮੈਂ ਭੁੱਲ ਜਾਂਦਾ ਕਈ ਵਾਰੀ, ਮੇਰੀ ਵੱਡੀ ਉਮਰ ਹੋ ਗਈ, ਬਹੁਤ ਬਹੁਤ ਨਾਂ ਭੁੱਲ ਗਿਆ ਮੈਂ, ਔਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਬਰਾੜ ਸਾਹਿਬ ਅਤੇ ਹੋਰ ਜਿੰਨੇ ਵੀ ਸਟੇਜ 'ਤੇ ਵਿਰਾਜਮਾਨ ਨੇ, ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਤੁਸੀਂ ਆਏ ਹੋ ਸਾਡੇ ਉਸ ਮਹਾਨ ਲੀਡਰ ਨੂੰ, ਸਾਡੇ ਨਹੀਂ ਬਲਕਿ ਸਾਰਿਆਂ ਦੇ ਮਹਾਨ ਲੀਡਰ ਨੂੰ ਅੱਜ ਅਸੀਂ ਯਾਦ ਕਰਦੇ ਹਾਂ, ਅਤੇ ਉਹਨਾਂ ਨੂੰ ਉਹਨਾਂ ਦੇ ਨਗਰ ਵਿੱਚ ਨਤਮਸਤਕ ਹੋਣ ਆਇਆ। ਮੈਂ ਜਿੱਥੇ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਸਾਰੀ ਸੰਗਤ ਦਾ ਧੰਨਵਾਦ ਕਰਦਾ, ਜਿਹੜੇ ਬਹੁਤ ਦੂਰੋਂ ਦੂਰੋਂ ਵੀ ਆਏ, ਜਿਨ੍ਹਾਂ ਨੇ ਬੱਸਾਂ ਦਿੱਤੀਆਂ ਉਹਨਾਂ ਦਾ ਧੰਨਵਾਦ, ਔਰ ਮੈਂ ਕਿਹਦਾ ਕਿਹਦਾ ਜਿਹਨੇ ਲੰਗਰ ਲਗਾਏ ਉਹਨਾਂ ਦਾ ਧੰਨਵਾਦ, ਮੈਂ ਕਿਹਦਾ ਕਿਹਦਾ ਧੰਨਵਾਦ ਕਰਾਂ, ਜਿਹੜੇ ਮੈਂ ਹੁਣੀ ਮੈਂ ਕਰਕੇ ਆਇਆ ਸੀ, ਆਇਆ ਅਤੇ ਸਾਡਾ ਪਹਿਲਾਂ ਪ੍ਰਧਾਨ ਹੁੰਦਾ ਸੀ, ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬਣਾਏ ਸੀ, ਉਹਦੇ 'ਚ ਰਵਿੰਦਰ ਸਿੰਘ ਸ਼ੇਰ, ਉਹਨਾਂ ਦਾ ਉਹਨਾਂ ਨੇ
ਉਹਨਾਂ ਨੇ ਖੂਨਦਾਨ ਕੈਂਪ ਲਾਇਆ, ਉਹਨਾਂ ਦੇ ਹੋਰ ਵੀ ਬੜੇ ਕੈਂਪ ਲੱਗੇ ਨੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਅਤੇ ਇਸ ਤੋਂ ਇਲਾਵਾ ਅੱਜ ਬੀਬੀ ਸਾਡੀ ਭੈਣ ਜੱਦਾ ਤਲਵੰਡੀ ਸਾਹਿਬ ਦੀ ਬੇਟੀ, ਉਹ ਵੀ ਆਏ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਅਸੀਂ ਉਹਨਾਂ ਦਾ ਬਰਸੀ ਇਸ ਕਰਕੇ ਨਹੀਂ ਮਨਾ ਸਕੇ ਇਕੱਠੇ ਹੋ ਕੇ ਕਿ ਸਾਨੂੰ ਇਕੱਠਿਆਂ ਨੂੰ ਬੁਲਾਇਆ ਨਹੀਂ ਗਿਆ ਉੱਥੇ, ਪਰ ਫਿਰ ਵੀ ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰਦੇ ਹਾਂ। ਅਸੀਂ ਫਿਰ ਰੱਖਾਂਗੇ, ਅਸੀਂ ਫੈਸਲਾ ਕੀਤਾ ਸੀ, ਅਸੀਂ ਜਿਵੇਂ ਚੰਦੂ ਮਾਜਰਾ ਜੀ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ, ਅਸੀਂ ਫੈਸਲਾ ਕੀਤਾ ਸੀ ਕਮੇਟੀ 'ਚ ਬੈਠ ਕੇ ਕਿ ਅਸੀਂ ਤਲਵੰਡੀ ਸਾਹਿਬ ਦਾ ਵੀ ਮਨਾਵਾਂਗੇ, ਉਹ ਵੀ ਇੱਕ ਦਿਨ ਅਸੀਂ ਰੱਖਾਂਗੇ, ਅਸੀਂ ਇਕੱਠੇ ਹੋ ਕੇ ਰੱਖਾਂਗੇ, ਕਿਉਂਕਿ ਸਾਰੇ ਜਥੇਦਾਰ ਸਾਹਿਬਾਨਾਂ ਦਾ ਜੀ ਤੁਰ ਸਾਹਿਬ ਦਾ ਜਨਮਦਿਨ ਮਨਾਇਆ, ਉਹਨਾਂ ਬਰਸੀ ਮਨਾਈ। ਅੱਜ ਜਥੇਦਾਰ ਗੁਰਚਰਨ ਸਿੰਘ ਟੌੜਾ, ਮੈਂ ਇੱਕ ਬੇਨਤੀ ਕਰਨਾ ਕਿ ਵਾਹਿਗੁਰੂ ਕਰੇ ਸਰਦਾਰ ਗੁਰਚਰਨ ਸਿੰਘ ਟੌੜਾ ਜਾਏ ਇਨਸਾਨ ਹੋਰ ਪੈਦਾ ਹੋਵੇ, ਅਤੇ ਸਾਨੂੰ ਪੰਥ ਨੂੰ ਸੇਧ ਦੇਣ ਲਈ ਇੱਕ ਐਸੇ ਸੱਜਣ ਨੇ ਸਾਨੂੰ ਮਿਲਣ। ਮੈਂ ਇੱਕੋ ਗੱਲ ਕਹਿ ਕੇ ਬੈਠਣਾ ਚਾਹੁੰਦਾ, ਉਹ ਇਹ ਹੈ ਕਿ ਜਦੋਂ ਟੌੜਾ ਸਾਹਿਬ ਨੂੰ ਪਾਰਟੀ 'ਚੋਂ ਕੱਢਿਆ ਅਤੇ ਉਦੋਂ ਮੈਂ ਉੱਥੇ ਕਿਸੇ ਸੱਜਣ ਨੂੰ ਜੋ ਅੱਜ ਕੱਲ੍ਹ ਬਹੁਤ ਨੇੜੇ ਹੈ ਉਹਨੂੰ ਭੇਜਿਆ ਕਿ ਅੱਜ ਟੌੜਾ ਸਾਹਿਬ ਨੂੰ ਕੱਢਣਗੇ, ਕਿਉਂਕਿ ਟੌੜਾ ਬਾਲ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਇਓ ਉੱਥੇ ਜ਼ਰੂਰ। ਮੈਂ ਆਇਆ 5 ਵਜੇ, ਕਿਉਂਕਿ ਰਾਜ ਸਭਾ 'ਚ ਪੰਜਾਬ ਬਾਰੇ ਇੱਕ ਮਤਾ ਸੀ, ਉਹ 'ਤੇ ਬੋਲਣਾ ਸੀ, ਜੇ ਅਸੀਂ ਕੋਈ ਵੀ ਨਾ ਰਹਿੰਦਾ ਤਾਂ ਚੰਗਾ ਨਹੀਂ ਸੀ ਲੱਗਦਾ। ਮੈਂ ਬਾਦ ਸਾਹਿਬ ਨੂੰ ਕਿਹਾ ਮੈਂ ਸ਼ਾਮ ਨੂੰ ਆਜੂਗਾ ਅਤੇ ਤੁਸੀਂ, ਮੈਂ ਮੇਰੀ ਮਜਬੂਰੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ। ਅਤੇ ਉਸ ਤੋਂ ਬਾਅਦ ਮੈਂ ਆ ਕੇ ਜਦੋਂ ਪਤਾ ਕੀਤਾ, ਉਦੋਂ ਪਤਾ ਲੱਗਿਆ ਵੀ ਉਹ ਤਾਂ ਕੱਢ ਦਿੱਤੇ ਅਤੇ ਲਾਲਾ ਲਾਲਾ ਹੋਈ ਪਈ ਹੈ। ਅਤੇ ਮੈਂ ਆ ਕੇ ਬਾਦ ਸਾਹਿਬ ਨਾਲ ਗੱਲ ਵੀ ਕੀਤੀ, ਮੈਂ ਕਿਹਾ ਜੀ ਮੈਂ ਤਾਂ ਰਾਤ ਵੀ ਕਿਹਾ ਸੀ ਤੁਹਾਨੂੰ ਟੈਲੀਫੋਨ ਕਿਹਾ ਜਦੋਂ ਕੀਤਾ ਕਿ ਟੌੜਾ ਸਾਹਿਬ ਇਹੋ ਜਿਹਾ ਬਿਆਨ ਨਹੀਂ ਦੇ ਸਕਦੇ, ਪਰ ਉਹਨਾਂ ਦੀ ਕੰਟਰਡਿਕਸ਼ਨ ਆ ਜਾਏਗੀ। ਔਰ ਅਗਲੇ ਦਿਨ ਉਹਨਾਂ ਦੀ ਕੰਟਰਡਿਕਸ਼ਨ ਆ ਵੀ ਗਈ। ਉਸਦੇ ਬਾਵਜੂਦ ਮੇਰੇ ਇੱਕ ਟੌੜਾ ਸਾਹਿਬ ਦੇ ਬਹੁਤ ਨਿੱਜੀ, ਅੱਜ ਕੱਲ੍ਹ ਸੁਖਵੀਰ ਦੇ ਨਿੱਜੀ ਬਣੇ ਹੋਏ ਨੇ, ਉਹਨਾਂ ਨੇ ਗੱਲ ਫੈਲਾਈ ਕਿ ਢੀਂਡਸਾ ਸਾਹਿਬ ਦਾ ਵੀ ਹੱਥ ਹੈ। ਜਦੋਂ ਟੌੜਾ ਸਾਹਿਬ ਨਾਲ ਸੁਰਾ ਹੋਈ ਅਤੇ ਮੈਨੂੰ ਟੌੜਾ ਸਾਹਿਬ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ, ਮੈਨੂੰ ਮੇਰੇ ਕੰਨਾਂ 'ਚ ਗਲਤ ਪਾਇਆ ਕਿ ਤੇਰੇ ਤੂੰ ਤਾਂ ਹੋਰ ਪਾਸੇ ਚੱਲਿਆ ਸੀ ਅਤੇ ਤੂੰ ਤੇਰੇ ਬਾਰੇ ਹੋਰ, ਮੈਨੂੰ ਅੱਜ ਕੱਲ੍ਹ ਤੁਹਾਡੇ ਬਹੁਤ ਨੇੜੇ ਦੇ ਬੰਦੇ ਨੇ, ਉਹਨਾਂ ਨੇ ਤੁਹਾਡੇ ਕੰਨ ਭਰੇ ਨੇ। ਚਲੋ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਮੇਰੇ ਮਨ ਵਿੱਚ ਸਤਿਕਾਰ ਹਮੇਸ਼ਾ ਰਿਹਾ ਟੌੜਾ ਸਾਹਿਬ ਦਾ। ਅੱਜ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸੱਜਣਾਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਛ ਕਿਹਾ। ਮੈਂ ਉਦੋਂ ਉਹਨੂੰ ਕੋਈ ਦੌੜਾਉਣਾ ਨਹੀਂ ਚਾਹੁੰਦਾ, ਮੇਰੀ ਸਿਰਫ ਡਿਊਟੀ ਹੋਈ ਹੈ, ਮਿਲੀ ਹੈ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਾਂ। ਬਹੁਤ ਸੱਜਣ ਰਹਿ ਗਏ ਹੋਣਗੇ ਨਾਮ ਲੈਣ ਨੂੰ ਵੀ, ਔਰ ਕਈ ਸੱਜਣਾਂ ਨੇ, ਕਈ ਅਜਿਹੇ ਸੱਜਣ ਵੀ ਰਹਿ ਗਏ ਹੋਣਗੇ ਜਿਨ੍ਹਾਂ ਨੇ ਮੈਂ ਧੰਨਵਾਦ ਨਹੀਂ ਕਰ ਸਕਿਆ, ਉਹ ਮਾਫ਼ ਕਰਨਗੇ। ਮੈਂ ਫਿਰ ਇੱਕ ਵਾਰੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਤਾਂ ਇਹ ਡਿਊਟੀ ਤਾਂ ਸਰਦਾਰ ਹਰਮੇਲ ਸਿੰਘ ਦੀ ਸੀ, ਪਰ ਉਹਨਾਂ ਨੇ ਮੈਨੂੰ ਪਤਾ ਨਹੀਂ ਕਿਵੇਂ ਇਹ ਕਹਿਤਾ ਅਤੇ ਮੈਂ ਪਰਿਵਾਰ ਦਾ ਜੀ ਹਾਂ,
ਉਸ ਪਰਿਵਾਰ ਦਾ, ਉਸ ਪਰਿਵਾਰ ਜੋ ਟੌੜਾ ਸਾਹਿਬ ਦਾ ਪਰਿਵਾਰ ਹੈ, ਮੈਂ ਉਸ ਪਰਿਵਾਰ ਦਾ ਹੀ ਮੈਂਬਰ ਹਾਂ ਅਤੇ ਮੈਂ ਸਾਰਾ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਸਾਰੇ ਸਾਥੀਆਂ ਵੱਲੋਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਦਾ ਅਤੇ ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।